ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਟਾਈਮ ਤੁਸੀਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਦੇ ਦਰਸ਼ਨ ਕਰ ਰਹੇ ਹੋ, ਅਤੇ ਇਹ ਉਹ ਹਿੱਸਾ ਹੈ ਕਿ ਜਿੱਥੋਂ ਸੰਗਤ ਦੇ ਆਉਣ ਦਾ ਰਸਤਾ ਬਣਾਇਆ ਜਾ ਰਿਹਾ, ਅਤੇ ਬਰਾਂਡੇ ਬਣਾਏ ਗਏ ਨੇ ਯਾਤਰੀਆਂ ਦੇ ਬੈਠਣ ਵਾਸਤੇ, ਛਾਉਣ ਵਾਸਤੇ, ਜਿੱਦਾਂ ਕਿ ਕੰਮ ਲੈਂਟਰ ਪੈ ਚੁੱਕਿਆ ਅਤੇ ਬਾਕੀ ਜਿਹੜਾ ਕੰਮ ਹੈ ਉਹ ਵੀ ਚੰਦ ਦਿਨਾਂ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ। ਇਹ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ, ਇਹ ਐਡਮਿਨਿਸਟ੍ਰੇਸ਼ਨ ਬਲਾਕ ਹੈ, ਡਿਸਪੈਂਸਰੀ ਹੈ, ਅਤੇ ਇਹਦਾ ਵੀ ਤਕਰੀਬਨ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ। ਇਹ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਹਾਂ ਕਿ ਕਿੰਨਾ ਕੁ ਕੰਮ ਹੋ ਗਿਆ ਆ ਅਤੇ ਕਿੰਨਾ ਕੁ ਬਾਕੀ ਆ। ਇਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ। ਇਹ ਪਲਾਟ ਬਣ ਰਹੇ ਨੇ ਜੀ, ਇੱਥੇ ਖੂਬਸੂਰਤ ਪੌਦੇ ਲਾਏ ਜਾਣਗੇ। ਇਹ ਦੇਖੋ ਜੀ, ਇਸ ਟਾਈਮ ਪਲ ਪਾਈ ਜਾ ਰਹੀ ਹੈ। ਇਹ ਜਿੰਨੇ ਵੀ ਕੰਮ ਨੇ ਇਹ ਸਾਰੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਤਿਆਰੀਆਂ ਨੇ, ਜਿਹੜੀਆਂ ਕਿ ਤਕਰੀਬਨ ਮੁਕੰਮਲ ਨੇ, ਜਿਨ੍ਹਾਂ ਦੀ ਸਿਰਫ ਫਿਨਿਸ਼ਿੰਗ ਰਹਿ ਗਈ ਹੈ, ਬਾਕੀ ਤਕਰੀਬਨ ਸਾਰਾ ਕੰਮ ਜਿਹੜਾ ਉਹ ਮੁਕੰਮਲ ਹੋ ਚੁੱਕਿਆ। ਕਿਸੇ ਕਿਸੇ ਜਗ੍ਹਾ 'ਤੇ ਥੋੜ੍ਹਾ ਕੰਮ ਜਿਹੜਾ ਕਿ ਹਫ਼ਤੇ 10 ਦਿਨ ਦੇ ਅੰਦਰ ਉਹ ਵੀ ਖਤਮ ਹੋ ਜਾਏਗਾ। ਇਹ ਤੁਸੀਂ ਇਸ ਟਾਈਮ ਐਡਮਿਨਿਸਟ੍ਰੇਸ਼ਨ ਬਲਾਕ ਦੇਖ ਰਹੇ ਹੋ। ਜਿਹੜੇ ਵੀਰ ਕਮੈਂਟ ਕਰ ਰਹੇ ਨੇ, ਲਾਈਕ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਉਹਨਾਂ ਦੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਉਹ ਪੋਸਟ ਨੂੰ ਸ਼ੇਅਰ ਵੀ ਕਰਦੇ ਜਾਣ। ਦਰਵਾਜ਼ੇ ਖਿੜਕੀਆਂ ਮੁਕੰਮਲ ਹੋ ਚੁੱਕੇ ਨੇ, ਲਾਈਟਾਂ ਵਗੈਰਾ ਸਭ ਲੱਗ ਗਈਆਂ ਹੋਈਆਂ ਨੇ, ਸਿਰਫ ਔਰ ਸਿਰਫ ਇੱਥੇ ਸਫਾਈ ਦਾ ਕੰਮ ਹੈ, ਅਤੇ ਉਸ ਤੋਂ ਬਾਅਦ ਇਹ ਬਿਲਡਿੰਗ ਤਿਆਰ ਹੈ। ਮਨਿੰਦਰ ਸਿੰਘ ਜੀ, ਵਾਹਿਗੁਰੂ ਜੀ, ਗੁਰਮੀਤ ਸਿੰਘ, ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਇਸ ਟਾਈਮ ਤੁਸੀਂ ਐਡਮਿਨਿਸਟ੍ਰੇਸ਼ਨ ਬਲਾਕ ਦੇਖ ਰਹੇ ਹੋ। ਐਡਮਿਨਿਸਟ੍ਰੇਸ਼ਨ ਬਲਾਕ ਦੇ ਵਿੱਚ ਸਾਰਾ ਕੰਮ ਜਿਹੜਾ ਉਹ ਤਕਰੀਬਨ ਮੁਕੰਮਲ ਹੈ। ਇਸ ਟਾਈਮ ਗਰਾਊਂਡ ਫਲੋਰ ਦਾ ਹਿੱਸਾ ਮੈਂ ਤੁਹਾਨੂੰ ਦਿਖਾਇਆ, ਹੁਣ ਅਸੀਂ ਇਹਦੇ ਫਸਟ ਫਲੋਰ 'ਤੇ ਚੱਲਦੇ ਹਾਂ। ਫਸਟ ਫਲੋਰ ਦੇ ਵੀ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਉਹ ਵੀ ਤਕਰੀਬਨ ਜਿਹੜਾ ਮੁਕੰਮਲ ਹੋ ਚੁੱਕਿਆ ਹੈ। ਇਹ ਦੇਖ ਰਹੇ ਹੋ ਤੁਸੀਂ ਐਡਮਿਨਿਸਟ੍ਰੇਸ਼ਨ ਬਲਾਕ ਨਾਲ ਡਿਸਪੈਂਸਰੀ ਵੀ। ਜਿਸ ਤਰ੍ਹਾਂ ਕਿ ਇਹ ਦੱਸਣ ਦੀ ਲੋੜ ਨਹੀਂ ਹੈਗੀ, ਵੈਸੇ ਤਾਂ ਸਭ ਨੂੰ ਪਤਾ ਹੈ ਕਿ ਜਿਹੜੀ ਸਾਡਾ ਐਡਮਿਨਿਸਟ੍ਰੇਸ਼ਨ ਬਲਾਕ ਹੈ ਉਹਦਾ ਫਸਟ ਫਲੋਰ ਹੈ। ਇੱਥੇ ਲੱਕੜੀ ਦਾ ਕੰਮ ਜਿਹੜਾ ਦਿਨ ਰਾਤ ਹੋ ਰਿਹਾ। ਇਹ ਜਿੰਨੇ ਵੀ ਕੰਮ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਲੱਕੜੀ ਦਾ ਕੰਮ ਜਿੰਨਾ ਵੀ ਹੈ, ਲਾਈਟਿੰਗ ਦਾ ਕੰਮ, ਰੰਗ ਦਾ ਕੰਮ ਜਿੰਨਾ ਵੀ ਹੈ, ਉਹ ਤਕਰੀਬਨ ਮੁਕੰਮਲ ਹੋ ਚੁੱਕਿਆ। ਇਹ ਤੁਸੀਂ ਆਪਣਾ ਕਦ ਲਈ ਬਣਾ ਰਹੇ ਹੋ? ਸੇਫਾਂ ਜਿਹੜੀਆਂ ਨੇ, ਅਲਮਾਰੀਆਂ ਜਿਹੜੀਆਂ ਨੇ। ਅੱਛਾ ਜੀ, ਇਹ ਜਿਹੜਾ ਲੱਕੜੀ ਦਾ ਕੰਮ ਇਸ ਟਾਈਮ ਤੁਹਾਨੂੰ ਨਜ਼ਰ ਆ ਰਿਹਾ, ਇਹ ਅੰਦਰ ਕਮਰਿਆਂ ਦੇ ਵਿੱਚ ਜਿਹੜੀਆਂ ਅਲਮਾਰੀਆਂ ਬਣਾਈਆਂ ਜਾ ਰਹੀਆਂ ਨੇ,
ਬਕਟਸ ਬਣਾਈ ਜਾ ਰਹੀਆਂ ਨੇ, ਉਹ ਉਹਦਾ ਕੰਮ ਹੋ ਰਿਹਾ। ਦਰਵਾਜ਼ੇ ਖਿੜਕੀਆਂ ਜਿਹੜੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਉਹ ਕੰਮ ਮੁਕੰਮਲ ਹੈਗਾ। ਬਿਲਡਿੰਗ ਦਾ ਜਿਹੜਾ ਕੰਮ ਹੈ ਉਹ ਤਕਰੀਬਨ ਮੁਕੰਮਲ ਹੈ ਸਾਰੇ ਦਾ ਸਾਰਾ। ਅਸੀਂ ਹੁਣ ਅੱਗੇ ਚੱਲਦੇ ਹਾਂ ਜੀ, ਅੱਗੇ ਅਸੀਂ ਤੁਹਾਨੂੰ ਜਿਹੜਾ ਲੇਜ਼ਰ ਫਾਊਂਟੇਨ, ਇਸ ਦਫ਼ਾ ਇੱਕ ਬੜੀ ਖੂਬਸੂਰਤ ਚੀਜ਼ ਜਿਹੜੀ ਹੈ ਲਗਾਈ ਜਾ ਰਹੀ ਹੈ, ਉਹ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ। ਉੱਥੇ ਵੀ ਕੰਮ ਜਿਹੜਾ ਹੋ ਰਿਹਾ, ਹਾਲੇ ਕੰਸਟਰਕਸ਼ਨ ਦਾ ਕੰਮ ਹੋ ਰਿਹਾ। ਇਹ ਦੇਖੋ ਜੀ, ਇੱਥੇ ਵੀ ਇਹ ਕੰਮ ਬੰਦਾ ਕਰ ਰਿਹਾ। ਜਿਹੜੇ ਆ ਸੰਗਤਾਂ ਪਹਿਲੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵਿੱਚ ਆ ਚੁੱਕੀਆਂ ਨੇ, ਜਾਂ ਜਿਨ੍ਹਾਂ ਨੇ ਪਹਿਲੇ ਵੀ ਕੁਛ ਦੇਖਿਆ ਹੈਗਾ ਤਾਂ ਉਹਨਾਂ ਨੂੰ ਪਤਾ ਹੈਗਾ ਕਿ ਇੱਥੇ ਇੱਕ ਪਹਿਲੇ ਫੁਹਾਰਾ ਹੁੰਦਾ ਸੀ। ਉਹਦੀ ਜਗ੍ਹਾ 'ਤੇ ਨਵਾਂ ਫੁਹਾਰਾ ਜਿਹੜਾ ਲੇਜ਼ਰ ਫਾਊਂਟੇਨ, ਜਦੀਦ ਟੈਕਨੋਲੋਜੀ ਦਾ ਜਿਹੜਾ ਉਹ ਫੁਹਾਰਾ ਜਿਹੜਾ, ਉਹਦੇ ਵਾਸਤੇ ਇਹ ਸਾਰਾ ਕੰਮ ਹੋ ਰਿਹਾ। ਅਤੇ ਇਹ ਵੀ ਕੁਛ ਦਿਨਾਂ ਦੇ ਵਿੱਚ ਜਿਹੜਾ ਮੁਕੰਮਲ ਹੋ ਜਾਏਗਾ। ਇਹ ਜਿੰਨੇ ਵੀ ਕੰਮ ਨੇ, ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸ ਚੁੱਕਿਆ ਕਿ ਇਹ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਜਾਂ ਤਿਆਰੀਆਂ ਨੇ, ਜਿਹੜੀਆਂ ਕਿ ਤਕਰੀਬਨ ਆਪਣੇ ਇਖਤਤਾਮ 'ਤੇ ਨੇ। ਮੈਂ ਜਿੰਨੇ ਵੀ ਜਿਹੜੇ ਕਮੈਂਟ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਇਹੀ ਕਹਾਂਗਾ ਕਿ ਪੋਸਟ ਨੂੰ ਸ਼ੇਅਰ ਕਰਦੇ ਜਾਓ, ਤਾਂ ਕਿ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਛ ਦੇਖ ਰਹੇ ਹੋ, ਦੂਸਰੇ ਵੀ ਦੇਖ ਲੈਣ ਜਿਹੜੇ ਦੂਰ ਬੈਠੇ ਨੇ, ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇਗਾ ਜੀ ਅੱਗੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਆ ਰਹੀਆਂ ਨੇ, ਕਿਹੜੇ ਕਿਹੜੇ ਕੰਮ ਹੋ ਰਹੇ ਨੇ, ਸਾਰਿਆਂ ਨੂੰ ਪਤਾ ਲੱਗੇ ਜੀ। ਇੱਥੇ ਪਾਣੀ ਦੇ ਪੈਪ ਵਾਸਤੇ, ਪਾਣੀ ਦੇ ਨਿਕਾਸ ਵਾਸਤੇ ਪੈਪ ਪਾਇਆ ਜਾ ਰਿਹਾ। ਇਹ ਦੇਖੋ ਜੀ, ਇਹ ਸਾਡਾ ਹੱਟ ਬਲਾਕ ਹੈ, ਇਹਨਾਂ ਦੇ ਨਾਲ ਹੀ ਬਿਲਕੁਲ ਪਾਣੀ ਦਾ ਪਾਈਪ ਜਿਹੜੇ ਨੇ ਉਹ ਪਾਏ ਜਾ ਰਹੇ ਨੇ, ਉਹਨਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ। ਅਤੇ ਇੱਥੇ ਇਹਨਾਂ ਦਾ ਕੰਮ ਕਰਵਾਉਣ ਵਾਲੇ ਜਿਹੜੇ ਇੰਜੀਨੀਅਰ ਨੇ ਉਹਨਾਂ ਕੋਲੋਂ ਪੁੱਛਣੇ ਵੀ ਹੈਗੇ ਆ ਕੰਮ ਕਿੰਨੀ ਕੁ ਦੇਰ 'ਚ ਜਿਹੜਾ ਨਾ ਮੁਕੰਮਲ ਹੋ ਜਾਏਗਾ। ਕਿੰਨੀ ਦੇਰ ਤੱਕ ਮੁਕੰਮਲ ਹੋ ਜਾਏਗਾ? ਮਤਲਬ ਇੱਕ ਅੱਧੇ ਦਿਨ ਦਾ ਕੰਮ ਹੈ। ਇਹ ਜੀ ਦੱਸ ਰਹੇ ਨੇ ਕਿ ਸਿਰਫ 2 ਦਿਨ ਦਾ ਕੰਮ ਹੈ, 1-2 ਦਿਨਾਂ ਦੇ ਵਿੱਚ ਇਹ ਸਾਰਾ ਮੁਕੰਮਲ ਹੋ ਜਾਏਗਾ। ਜਿਹੜੇ ਪਾਈਪ ਤੁਸੀਂ ਇਹ ਦੇਖ ਰਹੇ ਹੋ, ਇਹ ਪਾ ਕੇ ਸਾਰਾ ਰਸਤਾ ਦੁਬਾਰਾ ਬੰਦ ਕਰ ਦਿੱਤਾ ਜਾਏਗਾ, ਪਹਿਲੇ ਤਰ੍ਹਾਂ ਕਰ ਦਿੱਤਾ ਜਾਏਗਾ। ਇਹ ਜੀ ਸਾਡਾ ਇੱਕ ਆਪਣਾ ਲੋਕਾਂ ਦੇ ਬੈਠਣ ਵਾਸਤੇ ਇੱਕ ਬਣਾਇਆ ਗਿਆ ਗਾਰਡਨ ਜਿਹਾ, ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਲਾਏ ਗਏ ਨੇ ਇੱਥੇ, ਮੌਸਮ ਦੇ ਹਿਸਾਬ ਨਾਲ ਵੀ, ਅਤੇ ਕੁਛ ਜਿਹੜੇ ਨੇ ਸਦਾ ਬਹਾਰ ਜਿਹੜੇ ਹੁੰਦੇ ਨੇ ਉਹ ਵੀ। ਇਹ ਬੜੇ ਪੁਰਾਣੇ ਦਰਖਤ ਬੋਰਡ ਦੇ ਜੀ, ਪਾਕਿਸਤਾਨੀ ਗੌਰਮੈਂਟ ਮਹਿਕਮਾ ਔਕਾਫ ਮਤਰੂਕਾ ਵਕਫ ਇਮਲਾਕ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਨੇ ਆਪਣੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਆਉਣ ਵਾਲੇ ਯਾਤਰੀ ਨੇ
ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਆ ਰਹੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਨੇ ਉਹ ਫਰਾਹਮ ਕੀਤੀ ਜਾ ਸਕਣ, ਵੱਧ ਤੋਂ ਵੱਧ ਖੂਬਸੂਰਤੀ ਉਹਨਾਂ ਵਾਸਤੇ ਹੋਵੇ ਤਾਂ ਕਿ ਉਹ ਇੱਥੇ ਆਉਣ 'ਤੇ ਉਹਨਾਂ ਨੂੰ ਅੱਛਾ ਮਹਿਸੂਸ ਹੋਵੇ। ਜਿੰਨੇ ਵੀ ਕਮੈਂਟ ਕਰ ਰਹੇ ਨੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਚੀਜ਼ ਨੂੰ ਲਾਈਵ ਦੇਖ ਰਹੇ ਨੇ। ਮੈਂ ਇਹੀ ਚਾਹਾਂਗਾ ਕਿ ਦੂਸਰੇ ਵੀ ਦੇਖ ਸਕਣ, ਤੁਸੀਂ ਸ਼ੇਅਰ ਕਰਦੇ ਜਾਓ ਪੋਸਟ ਨੂੰ, ਅਸੀਂ ਆਹਿਸਤਾ ਆਹਿਸਤਾ ਜਿੱਥੇ ਜਿੱਥੇ ਕੰਮ ਹੋ ਰਿਹਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਕੁਛ ਸਾਡੇ ਬੜੇ ਰੈਗੂਲਰ ਹੈਗੇ ਨੇ ਪੇਜ ਨੂੰ ਲਾਈਕ ਕਰਨ ਵਾਲੇ, ਪਸੰਦ ਕਰਨ ਵਾਲੇ, ਰੋਜ਼ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਕਮਨਾਮਾ ਜਿਹੜਾ ਅਸੀਂ ਡੇਲੀ ਉਹਨੂੰ ਚਲਾਈਏ ਆਪਣੇ ਪੇਜ ਦੇ ਉੱਤੇ। ਅਤੇ ਬਾਜ਼ ਔਕਾਤ ਕਦੀ ਲੇਟ ਵੀ ਹੋ ਜਾਂਦਾ ਅਤੇ ਉਹਦੇ ਵਾਸਤੇ ਥੋੜ੍ਹਾ ਜਿਹਾ ਅਸੀਂ ਮਾਜ਼ਰਤ ਵੀ ਕਰਦੇ ਹਾਂ। ਅਤੇ ਬਸ ਇਹੀ ਕਹਾਂਗੇ ਕਿ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਿਆ ਕਰੋ, ਹੁਕਮਨਾਮਾ ਆ ਜਾਇਆ ਕਰੇਗਾ। ਠੀਕ ਹੈ ਜੀ, ਮੈਂ ਦੇਖ ਰਿਹਾ ਵਾਂ ਕਿ ਜੀ ਸਾਡੇ ਇੱਕ ਬੇਦੀ ਜੀ ਨੇ ਤਕਰੀਬਨ ਮੇਰੇ ਖਿਆਲ ਨਾਲ ਰੋਜ਼ ਹੀ ਸਾਡਾ ਨਾ ਪੇਜ ਦੇ ਉੱਪਰ ਇਹਨਾਂ ਦਾ ਕਮੈਂਟ ਲਾਜ਼ਮੀ ਹੁੰਦਾ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਅੱਛਾ ਜੀ, ਇਹ ਜੀ ਗੁਰਦੁਆਰੇ ਦਾ ਫਰੰਟ ਜਿਹੜਾ ਕਿ ਇਸ ਟਾਈਮ ਇਹਦਾ ਦੁਬਾਰਾ ਪੇਂਟ ਹੋ ਰਿਹਾ। ਤੁਸੀਂ ਇਹ ਦੇਖ ਰਹੇ ਹੋ ਕਿ ਕੁਛ ਹਿੱਸਾ ਇਸ ਸਾਈਡ ਦਾ ਹਿੱਸਾ ਜਿਹੜਾ ਇੱਧਰ ਉਹਨਾਂ ਨੇ ਸਪੋਰਟ ਨਹੀਂ ਲਾਈ ਹੋਈ, ਇਸ ਸਾਈਡ 'ਤੇ ਸਪੋਰਟ ਲੱਗੀ, ਇਸ ਸਾਈਡ 'ਤੇ ਕੰਮ ਕਰ ਰਹੇ ਨੇ। ਇਹ ਕੁਛ ਕਮਰੇ ਨੇ ਅਤੇ ਬਾਹਰ ਵਾਲੀ ਹਿੱਸਾ ਜਿੱਥੇ ਜਿਹੜੇ ਪਹਿਲੀ ਸੰਗਤ ਆ ਚੁੱਕੀ ਆ ਉਹਨਾਂ ਨੂੰ ਤਾਂ ਬੜੀ ਆਸਾਨੀ ਨਾਲ ਪਤਾ ਲੱਗ ਜਾਏਗਾ ਕਿ ਕੀ ਤਬਦੀਲ ਹੋ ਰਿਹਾ। ਅਤੇ ਜਿਹੜੇ ਸਾਡੇ ਨਵੇਂ ਦੇਖਣ ਵਾਲੇ ਨੇ ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਦਰਸ਼ਨ ਕਰਨੇ ਨੇ ਉਹਨਾਂ ਵਾਸਤੇ ਇਹ ਵੇ ਕਿ ਇਹ ਜਿਹੜਾ ਮਾਰਬਲ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਹ ਇਸੇ ਸਾਲ ਨਵਾਂ ਜਿਹੜਾ ਐਨ ਦੀ ਸੇਵਾ ਹੋਈ ਹੈ। ਇਹ ਕਮਰਿਆਂ ਦੇ ਵਿੱਚ ਵੀ ਸਾਰਾ ਅਤੇ ਹਾਲੇ ਵੀ ਮਜ਼ੀਦ ਫਿਨਿਸ਼ਿੰਗ ਦਾ ਕੰਮ ਜਿਹੜਾ ਉਹ ਹਰ ਜਗ੍ਹਾ 'ਤੇ ਹੀ ਹੈ ਵੇ, ਫਿਨਿਸ਼ਿੰਗ ਦਾ ਕੰਮ ਜਿਹੜਾ ਉਹ ਕੁਛ ਦਿਨਾਂ ਤੱਕ ਮੁਕੰਮਲ ਕਰ ਲਿੱਤਾ ਜਾਏਗਾ। ਇਹ ਜੀ ਗੁਰਦੁਆਰਾ ਮੇਨ ਜਨਮ ਅਸਥਾਨ ਦੇ ਮੇਨ ਇੰਟਰਸ ਹੈ ਜਿਹੜਾ ਕਿ ਅੰਦਰ ਜਾਣ ਦਾ ਰਸਤਾ, ਜਿੱਥੇ ਕਿ ਇਸ ਟਾਈਮ ਕੰਮ ਹੋ ਰਿਹਾ। ਇੱਥੇ ਚਰਨ ਗੰਗਾ ਦਾ ਹਿੱਸਾ ਜਿਹੜਾ ਉਹਨੂੰ ਉੱਚਾ ਕੀਤਾ ਗਿਆ ਅਤੇ ਇੱਥੇ ਵੀ ਟਾਇਲ ਜਿਹੜੀ ਉਹ ਹਾਲੇ ਲੱਗਣ ਵਾਲੀ ਹੈ, ਕੁਛ ਹਿੱਸੇ 'ਤੇ ਟਾਇਲ ਲੱਗ ਗਈ ਹੈ ਅੰਦਰ ਵਾਲੀ ਸਾਈਡ ਤੋਂ। ਇਹ ਦੇਖੋ ਜੀ, ਮਜ਼ੀਦ ਹਾਲੇ ਕੰਮ ਹੋ ਰਿਹਾ, ਅੱਗੇ ਰਸਤਾ ਬੰਦ, ਅਸੀਂ ਦੂਸਰੀ ਸਾਈਡ ਤੋਂ ਚੱਲਦੇ ਹਾਂ ਤਾਂ ਕਿ ਪੈਰ ਜਿਹੜੇ ਨੇ ਅਸੀਂ ਸਾਫ਼ ਕਰਕੇ ਅੰਦਰ ਜਾ ਸਕੀਏ। ਇੱਧਰ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਕਿਉਂਕਿ ਕੰਮ ਹੋ ਰਿਹਾ। ਇੱਧਰੋਂ ਨਹੀਂ ਭਾਈ, ਜੀ ਜੀ ਬਿਲਕੁਲ। ਸਾਧ ਸੰਗਤ ਜੀ, ਇਸ ਟਾਈਮ ਤੁਸੀਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਦਰਸ਼ਨ ਕਰ ਰਹੇ ਹੋ ਕਿ ਜਿਹਦਾ ਡਬਲ ਕਰਨ ਦਾ ਕੰਮ ਜਿਹੜਾ ਉਹ ਕਾਫ਼ੀ ਹੱਦ ਤੱਕ ਮੁਕੰਮਲ ਹੋ ਗਿਆ।
ਇਹਨਾਂ ਦੇ ਹਾਲ ਜਿਹੜੇ ਨੇ ਮੁਕੰਮਲ ਕਰ ਲਏ ਗਏ ਨੇ। ਬਾਕੀ ਫਰੰਟ ਦੇ ਜਿਹੜਾ ਪਲਸਤਰ ਵਗੈਰਾ ਦਾ ਰੰਗ ਹਾਲੇ ਹੈਗਾ ਉਹ ਹੋਣ ਵਾਲਾ। ਜਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਕਰੀਬ ਚੱਲਦੇ ਹਾਂ, ਖਿੜਕੀਆਂ ਦਾ ਕੰਮ ਜਿਹੜਾ ਉਹ ਵੀ ਹੋ ਗਿਆ ਆ, ਬਾਹਰ ਮਾਰਬਲ ਵੀ ਲੱਗ ਗਿਆ ਆ। ਇਹ ਦੇਖੋ ਜੀ, ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਮੇਨ ਅਸਥਾਨ ਦੇ ਕਰਵਾਉਣ। ਸਿੰਗਰ ਕੀ ਹਾਲ ਸਾਧ ਸੰਗਤ ਜੀ, ਇਸ ਟਾਈਮ ਤੁਸੀਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਸ਼ਹੀਦੀ ਅਸਥਾਨ ਦੇ ਦਰਸ਼ਨ ਕਰ ਰਹੇ ਹੋ, ਅਤੇ ਇੱਥੇ ਵੀ ਜਿਹੜਾ ਨਾ ਇਸ ਟਾਈਮ ਰੰਗ ਦਾ ਕੰਮ ਜਿਹੜਾ ਉਹ ਸੇਵਾ ਚੱਲ ਰਹੀ ਹੈ। ਕੀ ਹਾਲ ਹੈ, ਠੀਕ ਠਾਕ ਹੋ? ਕਿੰਨੀ ਕੁ ਦੇਰ ਲੱਗੇਗੀ ਹੋਰ? ਇੱਕ ਹਫ਼ਤੇ ਤੱਕ। ਹਾਂਜੀ, ਇਹ ਜਿਹੜਾ ਰੰਗ ਦਾ ਕੰਮ ਅੰਦਰ ਹੋ ਰਿਹਾ ਬੜੇ ਕਾਫੀ ਦਿਨਾਂ ਤੋਂ ਚੱਲ ਰਿਹਾ, ਅਤੇ ਇਹ ਹਾਲੇ ਵੀ ਤਕਰੀਬਨ ਇੱਕ ਹਫ਼ਤਾ ਹੋਰ ਕਹਿ ਰਹੇ ਨੇ ਕਿ ਜੀ ਹਾਲੇ ਲੱਗੇਗਾ। ਅਤੇ ਇਹ ਤਾਂ ਜਿਹੜੀ ਸੰਗਤ ਪਹਿਲੇ ਆ ਚੁੱਕੀ ਆ ਉਹਨਾਂ ਨੂੰ ਅੰਦਾਜ਼ਾ ਹੀ ਹੋਏਗਾ ਕਿ ਜਿੰਨਾ ਵੀ ਕੰਮ ਹੁੰਦਾ ਉਹ ਬੜੇ ਅੱਛੇ ਤਰੀਕੇ ਨਾਲ ਕੀਤਾ ਜਾਂਦਾ, ਇਹਦੇ ਵਿੱਚ ਕਿਸੇ ਕਿਸਮ ਦੀ ਕੁਤਾਹੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਂਦੀ। ਹਾਂਜੀ, ਮੇਰੇ ਇੱਕ ਹੋਰ ਦੋਸਤ ਵੀ ਨਾਲ ਜੁੜੇ ਨੇ, ਸਾਗਰ ਸਿੰਘ। ਸਰ, ਕੀ ਹਾਲ ਨੇ ਤੁਹਾਡੇ? ਠੀਕ ਠਾਕ ਹੋ? ਤਬੀਅਤ ਸਰ ਠੀਕ ਹੈ? ਪੋਸਟ ਨੂੰ ਸ਼ੇਅਰ ਵੀ ਕਰੋ ਤਾਂ ਕਿ ਮੈਨੂੰ ਨੋਟੀਫਿਕੇਸ਼ਨ ਆਵੇ ਕਿ ਮੇਰੇ ਬਾਈ ਨੇ ਨਾ ਪੋਸਟ ਸ਼ੇਅਰ ਕੀਤੀ ਹੈ। ਅੱਛੀ ਗੱਲ ਹੁੰਦੀ ਹੈ, ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਇਹ ਜੀ ਸ਼ਹੀਦੀ ਜੰਡ ਜਿੱਥੇ ਭਾਈ ਲਕਸ਼ਮਣ ਸਿੰਘ ਨੂੰ ਉਲਟਾ ਲਟਕਾ ਕੇ ਅਤੇ ਅੱਗ ਲਾਈ ਗਈ ਸੀ। ਜੀ ਬਹੁਤ ਸ਼ੁਕਰੀਆ ਸਾਗਰ ਭਾਈ, ਮੈਂ ਵੀ ਠੀਕ ਠਾਕ ਹਾਂ, ਤੁਹਾਡੀਆਂ ਦੁਆਵਾਂ ਨੇ ਮੇਰੇ ਨਾਲ। ਇਹ ਜੀ ਅੱਜ ਦਾ ਹੁਕਮਨਾਮਾ, ਮੈਂ ਕੋਸ਼ਿਸ਼ ਕਰਾਂਗਾ ਕਿ ਸੰਗਤ ਜਿਹੜੀ ਹੈ ਉਹਨੂੰ ਆਸਾਨੀ ਦੇ ਨਾਲ ਪੜ੍ਹ ਸਕੇ।
ਗੁਰਕੀਰਤ ਸਿੰਘ ਜੀ ਕਹਿ ਰਹੇ ਨੇ ਕਿ ਜੀ ਵੀਰ ਜੀ ਅਸੀਂ ਗੁਰਦੁਆਰਾ ਸਟੇਅ ਕਰ ਸਕਦੇ ਹਾਂ ਜਦੋਂ ਕੋਰੀਡੋਰ ਓਪਨ ਹੋ ਜਾਏਗਾ। ਦੇਖੋ ਜੀ ਇਹ ਜਿਹੜੇ ਗੁਰਦੁਆਰਾ ਸ੍ਰੀ ਆਪਣਾ ਜਨਮ ਸਥਾਨ ਨਨਕਾਣਾ ਸਾਹਿਬ ਦਾ ਜਿਨ੍ਹਾਂ ਦਾ ਹੋਏਗਾ ਵੀਜ਼ਾ, ਉਹ ਜ਼ਾਹਰੀ ਗੱਲ ਹੈ ਉਹ 8 ਦਿਨ ਦਾ ਹੁੰਦਾ ਜਾਂ 10 ਦਿਨ ਦਾ ਹੁੰਦਾ, ਜਿੰਨੇ ਦਿਨ ਦਾ ਵੀ ਹੋਏਗਾ ਉਨੇ ਦਿਨ ਤੁਸੀਂ ਇੱਥੇ ਸਟੇਅ ਕਰ ਸਕਦੇ ਹੋ। ਇਹ ਤੁਹਾਡੇ ਵੀਜ਼ੇ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡਾ ਵੀਜ਼ਾ ਕਿੰਨੇ ਦਿਨ ਦਾ। ਅਤੇ ਜੇ ਅਗਰ ਤੁਸੀਂ ਕਰਤਾਰਪੁਰ ਸਾਹਿਬ ਤੱਕ ਆਉਂਦੇ ਹੋ ਤਾਂ ਉਹ ਫਿਰ ਮੇਰਾ ਖਿਆਲ ਹੈ ਕਿ 1 ਦਿਨ ਦਾ ਹੀ ਹੈ, ਤੁਸੀਂ ਸ਼ਾਮ ਨੂੰ ਤੁਹਾਨੂੰ ਵਾਪਸ ਜਾਣਾ ਹੋਏਗਾ। ਇਹ ਅੱਜ ਦਾ ਹੁਕਮਨਾਮਾ ਜੀ। ਅੰਦਰ ਇਸ ਟਾਈਮ ਇਬਾਦਤ ਚੱਲ ਰਹੀ ਹੈ ਜੀ। ਅੱਛਾ ਜੀ, ਇਸ ਤੋਂ ਇਲਾਵਾ ਮੇਨ ਜਿਹੜਾ ਖੂਹ ਵਾਲਾ ਹਿੱਸਾ ਰਹਿ ਗਿਆ ਜੀ, ਅਸੀਂ ਜਿਹੜਾ ਅੰਮ੍ਰਿਤ ਜਲ ਦਾ ਖੂਹਾਂ ਅਸੀਂ ਉਹ ਤੁਹਾਨੂੰ ਜਿਹੜਾ ਨਾ ਦਿਖਾਉਂਦੇ ਹਾਂ। ਉੱਥੇ ਵੀ ਜਿਹੜਾ ਕੰਮ ਹੋ ਰਿਹਾ ਨਵੀਂ, ਵਾਹ ਜੀ ਵਾਹ। ਸਾਗਰ ਸਿੰਘ ਜੀ ਮੁਬਾਰਕਾਂ ਜੀ, ਬਹੁਤੀਆਂ ਬਹੁਤੀਆਂ ਵਧਾਈਆਂ। ਅਤੇ ਕੋਈ ਨਾ, ਮਨਪਸੰਦ ਲਈ ਆਇਆ ਜੇ ਫਿਰ ਸਾਡੇ ਵਾਸਤੇ ਜਦੋਂ ਤੁਸੀਂ ਆਓਗੇ ਨਾ। ਇਹ ਜੀ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਅੰਮ੍ਰਿਤ ਜਲ ਦਾ ਖੂਹਾਂ, ਜਿਹਦੇ ਚਾਰੋਂ ਔਰ ਜਾਲੀ ਲਾਈ ਗਈ ਹੈ ਤਾਂ ਕਿ ਕੋਈ ਵੀ ਕਚਰਾ ਮਿੱਟੀ ਜਾਂ ਇਹੋ ਜਿਹੀ ਚੀਜ਼ ਜਿਹੜੀ ਉਹ ਅੰਦਰ ਨਾ ਜਾਵੇ, ਜਿਹਦੇ ਨਾਲ ਕਿ ਪਾਣੀ ਨੂੰ ਕਿਸੇ ਵੀ ਕਿਸਮ ਦਾ ਕੋਈ ਮਸਲਾ ਹੋਵੇ। ਇਸ ਤੋਂ ਇਲਾਵਾ ਫਿਲਟਰ ਪਲਾਂਟ ਵੀ ਲੱਗਾ ਹੋਇਆ, ਪਾਣੀ ਜਿਹੜਾ ਖੂਹ ਸਾਹਿਬ ਦੇ ਵਿੱਚੋਂ ਨਿਕਲਦਾ ਉਹਨੂੰ ਫਿਲਟਰ ਕਰਕੇ ਅਤੇ ਫਿਰ ਹੀ ਉਹ ਤੁਸੀਂ ਪੀ ਸਕਦੇ ਹੋ, ਜਾਂ ਉਹਨੂੰ ਤੁਸੀਂ ਲੈ ਕੇ ਜਾਣਾ ਚਾਹੋ ਤਾਂ ਤੁਸੀਂ ਲੈ ਕੇ ਵੀ ਜਾ ਸਕਦੇ ਹੋ। ਇਹ ਨਿਸ਼ਾਨ ਸਾਹਿਬ ਜੀ, ਠੀਕ ਹੈ ਸਾਗਰ ਭਾਈ, ਮੁਲਾਕਾਤ ਹੋਏਗੀ, ਜ਼ਰੂਰ ਹੋਏਗੀ, ਕਿਉਂ ਨਹੀਂ। ਇਹ ਜੀ ਮੇਨ ਜਨਮ ਸਥਾਨ ਫਰੰਟ, ਜਿੱਥੇ ਕੀਰਤਨ ਦੀ ਸੇਵਾ ਹੁੰਦੀ ਹੈ ਜੀ, ਕੀਰਤਨ।
ਪੇਜ ਦੇ ਉੱਪਰ ਗੱਲ ਕਰਨਾ ਚਾਹਾਂਗਾ ਕਿ ਕੁਛ ਦਿਨ ਤੋਂ ਮੈਸੇਜਿਸ ਆ ਰਹੇ ਨੇ, ਲੋਕ ਰਿਕੁਐਸਟ ਕਰ ਰਹੇ ਨੇ ਕਿ ਜੀ ਹੁਕਮਨਾਮਾ ਜਿਹੜਾ ਅਸੀਂ ਡੇਲੀ ਹੁਕਮਨਾਮਾ ਆਪਣੇ ਪੇਜ ਦੇ ਉੱਪਰ ਲਗਾਉਂਦੇ ਹਾਂ ਉਹ ਗੁਰਮੁਖੀ ਦੇ ਵਿੱਚ ਹੁੰਦਾ, ਅਤੇ ਅਗਰ ਉਹਨੂੰ ਜਿਹੜੇ ਸਾਡੇ ਸਿੰਧ ਦੀ ਸੰਗਤ ਹੈ ਜਾਂ ਜਿਹੜੇ ਉਰਦੂ ਦੇ ਵਿੱਚ ਵੀ ਚਾਹੁੰਦੇ ਨੇ ਕਿ ਜੀ ਉਰਦੂ ਦੇ ਵਿੱਚ ਵੀ ਹੋਵੇ ਜਾਂ ਸਿੰਧੀ ਦੇ ਵਿੱਚ ਹੋਵੇ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੋਈ ਬੰਦਾ ਐਸਾ ਮਿਲ ਜਾਏ ਜਿਹੜਾ ਗੁਰਮੁਖੀ ਔਰ ਉਰਦੂ ਸਿੰਧੀ ਜਿਹੜਾ ਜਾਣਦਾ ਹੋਵੇ, ਅਤੇ ਅਸੀਂ ਉਹ ਵੀ ਸ਼ੁਰੂ ਕਰਾਂਗੇ, ਜਲਦ ਸ਼ੁਰੂ ਕਰਾਂਗੇ। ਅਤੇ ਇਸ ਤਰ੍ਹਾਂ ਦੀ ਜਿਹੜੀ ਵੀ ਜੋ ਅਸੀਂ ਕਰ ਸਕਦੇ ਹੋਵਾਂਗੇ ਉਹਦੇ ਤੋਂ ਅਸੀਂ ਕਦੀ ਵੀ ਨਹੀਂ ਪਿੱਛੇ ਹਟਾਂਗੇ, ਉਹ ਜ਼ਰੂਰ ਕਰਾਂਗੇ ਜੀ। ਇਹ ਜੀ ਇਹ ਵੀ ਪੁਰਾਣੀ ਬਿਲਡਿੰਗ ਦਾ ਹਿੱਸਾ ਜਿਹੜਾ ਕਿ ਉੱਪਰ ਇਹਦਾ ਡਿਜ਼ਾਇਨ ਜਿਹੜਾ ਉਹ ਕੰਮ ਮੁਕੰਮਲ ਹੋ ਗਿਆ, ਬਾਕੀ ਥੱਲੇ ਪਲਸਤਰ ਜਿਹੜਾ ਉਹ ਸਿਰਫ ਰਹਿੰਦਾ, ਅਤੇ ਉਹ ਵੀ ਜਦੋਂ ਇਹ ਲੇਜ਼ਰ ਫਾਊਂਟੇਨ ਜਿਹੜਾ ਲੱਗ ਜਾਏਗਾ ਅਤੇ ਉਸ ਤੋਂ ਬਾਅਦ ਫੌਰਨ ਇਹ ਵੀ ਕੰਮ ਮੁਕੰਮਲ ਹੋ ਜਾਏਗਾ। ਇਹ ਜੀ ਰਿਹਾਇਸ਼ੀ ਬਲਾਕ ਨੇ ਸਾਹਮਣੇ ਬਿਲਕੁਲ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਅੰਦਰ, ਉਹਨਾਂ ਦੇ ਸਾਹਮਣੇ ਇਹ ਪਲਾਟ ਜਿਹੜੇ ਨੇ ਉਹ ਬਣਾਏ ਗਏ ਨੇ, ਤਿਆਰ ਕੀਤੇ ਗਏ ਨੇ। ਪਾਣੀ ਦੀ ਟੈਂਕੀ ਹੈ ਜੀ, ਬਹੁਤ ਹੀ ਵੱਡੀ ਲੱਗਦੀ ਹੈ, ਥੱਲੇ ਬੰਦਾ ਖਲੋਏ ਤਾਂ ਇੰਝ ਲੱਗਦਾ ਕਿ ਬਸ ਡਰ ਹੀ ਲੱਗਦਾ। ਇਹ ਜੀ ਇੱਕ ਆਬਸ਼ਾਰ ਜਿਹੜੀ ਹੈ ਉਹ ਉਹਦਾ ਕੰਮ ਜਾਰੀ ਹੈ, ਉਹ ਜਿਹੜੀ ਬਣਾਈ ਜਾ ਰਹੀ ਹੈ ਗੁਰਦੁਆਰਾ ਜਨਮ ਅਸਥਾਨ ਦੇ ਅੰਦਰ ਹੀ। ਕਿੱਦਣ ਤੱਕ ਖਤਮ ਹੋ ਜਾਏਗਾ ਕੰਮ, ਇਹ ਕਦੋਂ ਕੰਪਲੀਟ ਹੋ ਜਾਏਗੀ? ਪੰਜ ਤਰੀਕ ਤੱਕ। ਅੱਛਾ ਜੀ, ਇਹ ਦੱਸ ਰਹੇ ਨੇ ਕਿ ਜੀ 5 ਤਰੀਕ ਤੱਕ ਜਿਹੜਾ ਨਾ ਇਹਦਾ ਕੰਮ ਮੁਕੰਮਲ ਹੋਏਗਾ, ਅਤੇ ਫਿਰ ਅਸੀਂ ਤੁਹਾਨੂੰ ਦੁਬਾਰਾ ਵੀ ਦਿਖਾਵਾਂਗੇ ਕਿ ਇਹ ਬਣ ਕੇ ਕੈਸੀ ਲੱਗਦੀ ਹੈ, ਖੂਬਸੂਰਤੀ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ, ਜ਼ਿਆਦਾ ਤੋਂ ਜ਼ਿਆਦਾ ਖੂਬਸੂਰਤੀ ਕੀਤੀ ਜਾ ਰਹੀ ਹੈ। ਇਹ ਵੀ ਇੱਕ ਪਲੋਟ ਹੈਗਾ ਜੀ, ਬਣਾਇਆ ਹੋਇਆ, ਬੜਾ ਹੀ ਖੂਬਸੂਰਤ ਫੁੱਲ ਲਗਾਏ ਨੇ ਚਾਰਾਂ ਸਾਈਡਾਂ 'ਤੇ, ਦਰੱਖਤ ਲੱਗੇ ਨੇ ਖੂਬਸੂਰਤੀ ਵਾਲੇ ਸਜਾਵਟ ਵਾਲੇ।
ਕੋਸ਼ਿਸ਼ ਕੀਤੀ ਹੈ ਕਿ ਜੀ ਸਾਧ ਸੰਗਤ ਨੂੰ ਜਿੰਨੇ ਵੀ ਕੰਮ ਹੋ ਰਹੇ ਨੇ ਉਹਨਾਂ ਦੇ ਮੁਤਲਕ ਅਗਾਹ ਕੀਤਾ ਜਾਏ, ਦੱਸਿਆ ਜਾਏ। ਬੜੇ ਮੈਸੇਜ ਆਉਂਦੇ ਸਨ ਕਿ ਜੀ ਪਤਾ ਨਹੀਂ ਲੱਗ ਰਿਹਾ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਅੰਦਰ ਕੀ ਤਿਆਰੀਆਂ ਹੋ ਰਹੀਆਂ। ਲੋਕ ਕਹਿੰਦੇ ਸਨ ਕਿ ਜੀ ਸੁਣੀ ਸੁਣਾਈ ਗੱਲ ਹੈ ਕਿ ਜੀ ਇਹ ਕੰਮ ਕਰ ਰਹੇ ਨੇ, ਇਹ ਕਰ ਰਹੇ ਨੇ। ਅਤੇ ਅੱਜ ਫਿਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੀ ਦਿਖਾਇਆ ਜਾਏ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗੇ। ਪਹਿਲੇ ਵੀ ਅਸੀਂ ਪੇਜ ਦੇ ਉੱਤੇ ਦਿਖਾਉਂਦੇ ਰਹੇ ਹਾਂ ਵਕਤਨ ਤੋਂ ਵਕਤਨ, ਜਿਵੇਂ ਜਿਵੇਂ ਸਾਨੂੰ ਮੌਕਾ ਮਿਲਿਆ ਅਸੀਂ ਸਾਧ ਸੰਗਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ। ਹੁਣ ਤਾਂ ਕੰਮ ਤਕਰੀਬਨ ਜਿਹੜੇ ਨੇ ਉਹ ਆਪਣੇ ਅਖਤਾਮ ਦੀ ਤਰਫ ਤੁਰ ਪਏ ਨੇ, ਆਖਰੀ ਮਰਹਲਿਆਂ ਦੇ ਵਿੱਚ ਨੇ, ਐਂਡ ਆਉਣ ਵਾਲਾ ਉਹਨਾਂ ਦਾ। ਅਸੀਂ ਜਦੋਂ ਸ਼ੁਰੂਆਤ ਹੋਈ ਸੀ ਕੰਮਾਂ ਦੀ ਅਸੀਂ ਉਦੋਂ ਵੀ ਦਿਖਾਏ ਸਨ। ਇਹ ਜੀ ਸ਼ਾਇਦ ਕੈਮਰੇ ਦੇ ਰਿਜ਼ਲਟ ਦੇ ਵਿੱਚ ਨਾ ਸਹੀ ਆ ਰਿਹਾ ਹੋਵੇ ਮੋਬਾਈਲ ਦੇ ਕੈਮਰੇ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜਾ ਸੱਜੇ ਹੱਥ ਵਾਲਾ ਮੀਨਾਰ ਹੈ ਜਿੱਥੇ ਕਿ ਉਹ ਉਹਨਾਂ ਨੇ ਆਪਣੀ ਨਹੀਂ ਬੰਨਿਆ ਆ, ਉਹ ਰੰਗ ਹੋ ਚੁੱਕਿਆ। ਅਤੇ ਜਿਹੜਾ ਦੂਸਰਾ ਮੀਨਾਰ ਹੈ ਜਿਹਦੇ 'ਤੇ ਬਿਲਕੁਲ ਹੁਣ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਜਿਹੜਾ ਇਹ ਰੰਗ ਹਾਲੇ ਹੋਣਾ ਹੈ, ਇਹਦਾ ਰੰਗ ਅਤੇ ਉਹਦੇ ਰੰਗ ਦੇ ਵਿੱਚ ਕਾਫੀ ਫਰਕ ਹੈਗਾ। ਮੇਰਾ ਖਿਆਲ ਹੈ ਕਿ ਸ਼ਾਇਦ ਹੋ ਸਕਦਾ ਮੋਬਾਈਲ ਸਹੀ ਦਿਖਾ ਰਿਹਾ ਕਿ ਨਹੀਂ ਦਿਖਾ ਰਿਹਾ, ਲੇਕਿਨ ਜਿਹੜਾ ਰੰਗ ਹੋ ਗਿਆ ਉਹ ਬਹੁਤ ਖੂਬਸੂਰਤ ਲੱਗ ਰਿਹਾ। ਇਹ ਜੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਸਰੋਵਰ ਸਾਹਿਬ, ਸਰੋਵਰ ਸਾਹਿਬ ਦੇ ਵਿੱਚ ਜੀ ਅਸੀਂ ਐਂਟੀ ਲਾਰਵਾ ਮੱਛੀਆਂ ਜਿਹੜੀਆਂ ਨੇ ਉਹ ਵੀ ਲਿਆ ਕੇ ਛੱਡੀਆਂ ਨੇ, ਅਤੇ ਅਸੀਂ ਉਹਦੀ ਵੀ ਪੋਸਟ ਪਾਈ ਸੀ, ਲੇਕਿਨ ਉਹ ਹਾਲੇ ਲੱਗਦਾ ਬਹੁਤੀਆਂ ਛੋਟੀਆਂ ਨੇ ਜਿਹੜੀਆਂ ਕਿ ਹਾਲੇ ਜਿਹੜੀਆਂ ਨੇ ਨਾ ਸਹੀ ਨਜ਼ਰ ਨਹੀਂ ਆਉਂਦੀਆਂ। ਜਿਵੇਂ ਜਿਵੇਂ ਵੱਡੀਆਂ ਹੋਣਗੀਆਂ ਆ ਜਾਣਗੀਆਂ ਨਜ਼ਰ ਉਹ। ਸਰੋਵਰ ਸਾਹਿਬ ਦੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ, ਇੱਕ ਵਾਰੀ ਫਿਰ ਅਸੀਂ ਤੁਹਾਨੂੰ ਲੇਜ਼ਰ ਫਾਊਂਟੇਨ ਵਾਲੇ ਕੰਮ 'ਤੇ ਲੈ ਕੇ ਜਾ ਰਹੇ ਹਾਂ, ਜਿਹੜਾ ਉਹਨਾਂ ਨੇ ਕੋਈ ਥੋੜ੍ਹਾ ਜਿਹਾ ਡਿਜ਼ਾਇਨ ਬਣਾਇਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਡਿਜ਼ਾਇਨ ਕਿਸ ਤਰ੍ਹਾਂ ਦਾ। ਬਾਕੀ ਤਾਂ ਜਦੋਂ ਲੱਗੇਗਾ ਉਦੋਂ ਹੀ ਪਤਾ ਸਹੀ ਲੱਗੇਗਾ। ਇਹ ਜੀ ਪੈਨਲ ਰੂਮ ਬਣਾਇਆ ਗਿਆ ਲੇਜ਼ਰ ਫਾਊਂਟੇਨ ਵਾਸਤੇ, ਜਿੱਥੋਂ ਬਹਿ ਕੇ ਫੁਹਾਰੇ ਨੂੰ ਸਾਰਾ ਕੰਟਰੋਲ ਕੀਤਾ ਜਾਏਗਾ। ਇਹ ਜੀ ਸਾਈਡਾਂ ਦੇ ਉੱਤੇ ਮਾਰਬਲ ਲੱਗ ਰਿਹਾ, ਇਹਨਾਂ ਦੀ ਗੁੜਾਈ ਦਾ ਕੰਮ ਸਾਰਾ ਹੋ ਰਿਹਾ। ਇਹ ਵੀ ਤੁਹਾਨੂੰ ਦਿਖਾਉਂਦੇ ਹਾਂ, ਇਹ ਦੇਖੋ ਜੀ ਇਹ ਮਾਰਬਲ ਵੀ ਜਿਹੜਾ ਨਾ। ਕਾਫੀ ਡਿਵੈਲਪਮੈਂਟ ਕੰਮ ਸ਼ੁਰੂ ਕੀਤੇ ਹੋਏ ਨੇ।
ਇਹ ਵੇਖੋ ਜੀ, ਫਿਰ ਅਸੀਂ ਆ ਗਏ ਲੇਜ਼ਰ ਫਾਊਂਟੇਨ ਦੇ ਉੱਤੇ। ਬਿਲਕੁਲ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਦੇ ਦਰਸ਼ਨੀ ਗੋੜ ਦੇ ਸਾਹਮਣੇ ਪਲਾਟ ਦੇ ਵਿੱਚ, ਸੈਂਟਰ ਦੇ ਵਿੱਚ ਠੀਕ ਹੈ ਜੀ। ਅਸੀਂ ਫਿਰ ਹਾਜ਼ਰ ਹੋਵਾਂਗੇ ਫਿਰ ਦਰਸ਼ਨ ਕਰਵਾਉਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਬੇਨਤੀ ਹੈ ਜੀ, ਪੋਸਟ ਸ਼ੇਅਰ ਕਰ ਦਿਆ ਜੀ।